ਹਾਂਜੀ ਭਾਅ ਜੀ ਬੋਲਦੇ ਹਾਂ। ਹਾਂਜੀ ਅਸੀਂ ਨਗਰ ਕੀਰਤਨ ਬਾਰਸੀਲੋਨਾ ਸਪੇਨ ਤੋਂ ਹਾਂ ਜੀ। ਸੋ ਮੌਸਮ ਖਰਾਬ ਸੀ ਲੇਕਿਨ ਫਿਰ ਵੀ ਚਲੋ ਮਹਾਰਾਜ ਨੇ ਥੋੜ੍ਹਾ ਟਾਈਮ ਬਖਸ਼ਿਆ ਕਿ ਮੀਂਹ ਰੁਕ ਗਿਆ ਅਤੇ ਸਪੇਨ ਦੇ ਬਾਰਸੀਲੋਨਾ ਖੂਨ ਤੋਂ ਬਾਦਲੋਨਾ ਤੋਂ ਗੁਰੂ ਘਰ ਹੈ ਉੱਥੋਂ ਅੱਜ ਨਗਰ ਕੀਰਤਨ ਨਿਕਲਿਆ ਜੀ। ਸੋ ਮਹਾਰਾਜ ਦੀ ਬਹੁਤ ਕਿਰਪਾ ਹੋਈ ਕਿ ਮੀਂਹ ਪੈ ਰਿਹਾ ਸਵੇਰ ਦਾ, ਚਲੋ ਮੀਂਹ ਰੁਕਿਆ ਹੁਣ। ਕਿਰਪਾ ਹੋਈ ਮਹਾਰਾਜ ਦੀ, ਨਹੀਂ ਤਾਂ ਸੁਬਹ ਦਾ ਮੌਸਮ ਖਰਾਬ ਸੀ। ਸੋ ਮਹਾਰਾਜ ਨੇ ਕਿਰਪਾ ਕੀਤੀ ਜੀ ਅੱਜ। ਭਾਰਤੀ ਫੌਜਾਂ ਦੇ ਮੁਖੀ ਸਭ ਤੋਂ ਭੇਜੇ ਜਿਹੜਾ ਤਾਂ ਸਤਿਆਕਾਰ ਤੇ
ਮੇਰੇ ਜੀ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਪਲੀਜ਼, ਕਿਉਂਕਿ ਪਤਾ ਲੱਗ ਸਕੇ ਸਾਡੀ ਸਿੱਖ ਕੌਮ ਬਾਰੇ ਕਿ ਵਿਦੇਸ਼ਾਂ ਵਿੱਚ ਆ ਕੇ ਵੀ ਸਾਡੇ ਸਿੰਘ ਚੜ੍ਹਦੀ ਕਲਾ ਵਿੱਚ ਨੇ। ਸੋ ਪਲੀਜ਼ ਸਾਰੇ ਜਣੇ ਸ਼ੇਅਰ ਕਰ ਦਿਓ। ਬਹੁਤ ਬਹੁਤ ਧੰਨਵਾਦ ਵੀਰ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅਤੇ ਮਜ਼ਾ ਨਹੀਂ ਆਇਆ, ਅਸੀਂ ਤਾਂ ਥੱਕੇ ਪਏ। ਕੱਲ੍ਹ ਰਾਤ ਵੀ ਪ੍ਰੋਗਰਾਮ ਖੇਡ ਕੇ ਆਏ ਜੀ, ਅਤੇ ਸਾਰੀ ਰਾਤ 14 ਘੰਟੇ ਸਫ਼ਰ ਵੀ ਕੀਤਾ, ਅਤੇ ਸਵੇਰੇ 8 ਵਜੇ ਪਹੁੰਚੇ ਹਾਂ, ਅਤੇ ਕਹਿੰਦੇ 10 ਵਜੇ ਨਗਰ ਕੀਰਤਨ ਹੈ ਤਗੜੇ ਵਜੇ। ਸੋ 6 ਜਗ੍ਹਾ ਪ੍ਰੋਗਰਾਮ ਨੇ ਅੱਜ ਵੀ, ਬੱਚੇ ਵੀ ਵਿੱਚ ਨਵੇਂ ਨੇ ਸਾਡੇ। ਸੋ ਜਿਹੜੇ ਪ੍ਰਬੰਧਕਾਂ ਨੂੰ ਬੇਨਤੀ ਹੋਈ ਹੈ, ਉਹ ਇੱਕ ਇਹ ਬੇਨਤੀ ਆਈ ਹੈ ਕਿ ਸਾਨੂੰ ਸ਼ਸਤਰਾਂ ਬਾਰੇ ਜ਼ਰੂਰ ਦੱਸਿਆ ਜਾਏ ਵੀ ਇਹ ਕੀ ਚੀਜ਼ ਹੈ, ਕਿੱਦਾਂ ਸਾਡੇ ਧਰਮ ਦੇ ਵਿੱਚ ਇਨਵੋਲਵ ਹੋਈ ਇਹ ਚੀਜ਼। ਸੋ ਬਹੁਤ ਕੁਛ ਪਿਆ ਹੈ ਜੋ ਸਾਡੀ ਨੌਲੇਜ ਤੋਂ ਪਏ ਹੈ। ਸੋ ਇੱਕ ਇੱਕ ਚੀਜ਼ ਦਾ ਜਿੰਨਾ ਕੁ ਮੇਰੇ ਵੱਡਿਆਂ ਨੇ ਉਸਤਾਦਾਂ ਨੇ ਮੈਨੂੰ ਗਿਆਨ ਦਿੱਤਾ ਉਹ ਤੁਹਾਡੇ ਨਾਲ ਸਾਂਝ ਕਰਾਂਗਾ। ਸ਼ੁਰੂਆਤ ਮੈਂ ਗੱਤਕੇ ਤੋਂ ਕਰਾਂਗਾ, ਸ਼ੁਰੂਆਤ ਮੈਂ ਗੱਤਕੇ ਤੋਂ ਕਰਾਂਗਾ। ਗੱਤਕਾ ਕੀ ਹੈ? ਤਿੰਨ ਤਰ੍ਹਾਂ ਦੀ ਵਿੱਦਿਆ ਖੇਡੀ ਜਾਂਦੀ ਹੈ ਸਾਡੇ ਗੱਤਕੇ ਵਿੱਚ, ਜਿਹਦੇ ਵਿੱਚ ਪਟੇਬਾਜ਼ ਹੈ, ਸਟੰਟ ਨੇ, ਉਸ ਤੋਂ ਬਾਅਦ ਸਾਡੀ ਤਵੜੀ। ਇਹਦੇ ਵਿੱਚੋਂ ਅੱਜ ਸਟੰਟ ਬਹੁਤ ਜ਼ਿਆਦਾ ਖੇਡ ਰਹੇ ਨੇ ਅਤੇ ਗੱਤਕਾ ਕੋਈ ਵੀ ਨਹੀਂ ਖੇਡ ਰਿਹਾ। ਕਈ ਜਗ੍ਹਾ ਸਾਨੂੰ ਨਹੀਂ ਆਉਂਦੀ ਹੈ ਪ੍ਰੋਗਰਾਮ, ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ 'ਤੇ ਡਿਮਾਂਡ ਹੁੰਦੀ ਕਿ ਉਹ ਚੀਜ਼ ਕਰਕੇ ਦਿਖਾਓ, ਅਤੇ ਸਾਡੀ ਖੁਸ਼ੀ ਹੁੰਦੀ ਹੈ ਕਿ ਸੰਗਤ ਨੂੰ ਖੁਸ਼ ਰੱਖੋ। ਸੋ ਗੱਤਕਾ ਕੀ ਹੈ? ਜੋ ਵੀ ਤੁਹਾਡੇ ਸਾਹਮਣੇ ਖੇਡਿਆ ਗਿਆ ਇਹ ਗੱਤਕਾ ਨਹੀਂ ਹੈਗਾ, ਇਹ ਡਿਫਰੈਂਟ ਕਲਾ ਨੇ ਜਿਹੜੀਆਂ ਡਿਫਰੈਂਟ ਸੂਬਿਆਂ ਦੀਆਂ ਡਿਫਰੈਂਟ ਧਰਮ ਤੋਂ ਚਲਦੀਆਂ ਆਈਆਂ ਨੇ। ਅੱਜ ਸਾਡੇ ਵਿੱਚ ਪੱਟਾ ਨਹੀਂ ਖੇਡਿਆ ਜਾਂਦਾ, ਨਾ ਹੀ ਕੋਈ ਉਸਤਾਦ ਮਿਲਦਾ ਪੱਟੇ ਦਾ, ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪੱਟਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਿਆ, ਸਾਡੇ ਕੋਲ ਵੀ ਨਹੀਂ, ਪਰ ਉਹਦੀ ਸਿਖਲਾਈ ਨੇ ਮਰੱਠੇ ਖੇਡਦੇ, ਅਤੇ ਜੇ ਅਸੀਂ ਉਹ ਖੇਡ ਲਈਏ ਨਾ ਤਾਂ ਤੁਸੀਂ ਬਹੁਤਿਆਂ ਨੇ ਕਹਿਣਾ RSS ਦੇ ਬੰਦੇ ਆ ਗਏ, ਕਿਉਂਕਿ ਤੁਸੀਂ ਦੇਖਿਆ ਹੁਣ ਆਹ ਮੇਰੇ ਹੱਥ 'ਚ ਫੜਿਆ। ਬਹੁਤਿਆਂ ਨੂੰ ਇਹ ਦਿਸਦਾ ਕਿ ਜੇ ਹਨੂੰਮਾਨ ਜੀ ਲੈ ਕੇ ਉੱਠਦਾ ਹੁੰਦਾ ਨਾ ਉਹ ਰਮਾਇਣ ਦੇ ਵਿੱਚ, ਇਹ ਹਨੂੰਮਾਨ ਤਰਸ਼ੂਲ ਆਹ ਬਹੁਤਿਆਂ ਨੂੰ ਜਿਹੜਾ ਸਿੰਘਾਂ ਨੇ ਚੰਦ ਕੌੜਾ ਲਾਇਆ ਨਾ ਬਹੁਤੇ ਇਹ ਕਹਿੰਦੇ ਨੇ ਤਰਸ਼ੂਲ ਹੈ, ਨਾ ਤੇ ਖੰਡਾ ਅਤੇ ਨਾ ਇਹ ਤਰਸ਼ੂਲ, ਇਹ ਵੀ ਸਾਡੇ ਵਿੱਚ ਵਹਿਮ ਹੈ। ਅਤੇ ਜਿਹੜਾ ਤੁਸੀਂ ਵੀਰ ਹੋਣਾ ਨੇ ਲਾਇਆ ਤੁਸੀਂ ਕਹਿਣਾ ਇਹ ਖੰਡਾ, ਖੰਡਾ ਇਹ ਵੀ ਬੋਲੀ ਹੋਗਾ, ਇਹ ਵੀ ਇੱਕ ਸੰਬੋਲੇ ਹੈ। ਇਹ ਕੀ ਸੀ? ਇਹ ਸਾਡਾ ਆਰਮੀ ਸਿਸਟਮ ਹੈ, ਇਹ ਛੋਟਾ ਜਿਹਾ ਹੋ ਗਿਆ, ਇਹ ਵੱਡਾ ਹੁੰਦਾ ਸੀ ਦਸਤਾਰ ਦੀ ਸੇਫਟੀ ਲਈ, ਆਹ ਥੱਲੇ ਤੋੜਿਆ ਲੋਹੇ ਦਾ
ਦਸਤਾਰ ਦੀ ਕਾਟ ਨੂੰ ਬਚਾਉਣ ਲਈ ਤਾਂ ਕਿ ਸਾਡੀ ਦਸਤਾਰ ਪਾਟ ਕੇ ਸ਼ਸਤਰ ਨਾਲ ਡਿੱਗੇ ਨਾ, ਇਹ ਥੱਲੇ ਲਪੇਟਿਆ ਜਾਂਦਾ ਪੂਰਾ। ਇਹ ਚੋੜਾ ਹੁੰਦਾ ਸੀ, ਜਦੋਂ ਤਰਪਾਨ ਦਾ ਵਾਰ ਆਏ ਤਾਂ ਇੱਥੇ ਹੀ ਰੁਕ ਜਾਏ, ਸਾਡੇ ਇੱਥੇ ਨਾਲ। ਇਸ ਤਰ੍ਹਾਂ ਦਾ ਤਰੀਕਾ ਹੁੰਦਾ ਸੀ, ਪਰ ਛੋਟਾ ਕਾਂਟਾ ਛੋਟਾ ਛੋਟਾ ਆ ਵੀ ਛੋਟਾ ਜਿਹਾ ਹੋ ਗਿਆ। ਕਲਾਈ ਚੂੜੀ ਕਾ ਵਜਨ ਸਹਾਰ ਨਹੀਂ ਸਕਤੀ, ਲੇਕਿਨ ਦਾਵਾ ਕਰਤੀ ਹੈ ਕਿਰਪਾਨ ਚਲਾਣੀ। ਦਰਅਸਲ ਇਹ ਪੱਥਰ ਦਾ ਹੁੰਦਾ ਸੀ, ਇਹਨੂੰ ਕਿਹਾ ਜਾਂਦਾ ਗੁਰਜ, ਛੇ ਪਾਤਸ਼ਾਹ ਦਾ ਗੁਰਜ, ਫਾੜੀਦਾਰ ਗੁਰਜ, ਸ੍ਰੀ ਅਕਾਲ ਤਖਤ ਸਾਹਿਬ ਤੋਂ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਫਾੜੀਦਾਰ ਗੁਰਜ, ਤਖਤ ਸ੍ਰੀ ਕੇਸਗੜ੍ਹ ਸਾਹਿਬ ਪਿਆ। ਹਨੂੰਮਾਨ ਨੇ ਜੇ ਵਰਤਿਆ ਤਾਂ ਹਨੂੰਮਾਨ ਦਾ ਨਹੀਂ ਹੋ ਗਿਆ। ਆਹ ਤਲਵਾਰ ਹੈ ਨਾ, ਸਾਡੇ 'ਚ ਪਹਿਲੇ ਵੀ ਚੱਲਦੇ ਸੀ, ਪਰ ਇਹਦੀ ਜਿਹੜੀ ਕਿਰਿਆ ਹੈ ਨਾ ਉਹ ਬਦਲੀ ਹੈ, ਜਾਲਮ ਵੀ ਬਦਲੀ ਹੈ, ਪਹਿਲੇ ਮਸ਼ਰੂਮ ਉੱਤੇ ਚੱਲਦੇ ਸੀ। ਸੋ ਜਿਹੜਾ ਗੱਤਕਾ ਹੈ ਉਹ ਇਹਦੇ ਤੋਂ ਆਇਆ, ਇਹਦੇ ਤੋਂ। ਬਜ਼ੁਰਗ ਖਲੋਤੇ ਨੇ, ਭਲਵਾਨ ਹੁੰਦੇ ਸੀ, ਭਲਵਾਨ ਮੱਲ ਅਖਾੜਾ ਖਡੂਰ ਸਾਹਿਬ ਅਜੇ ਵੀ ਹੈਗਾ, ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਉੱਥੇ ਅਜੇ ਵੀ ਪਏ ਨੇ। ਜਦੋਂ ਭਲਵਾਨ ਭਲਵਾਨੀ ਕਰਦੇ ਸੀ ਉਹਨਾਂ ਨੂੰ ਕੁੱਤਕਾ ਫੜਾਇਆ ਜਾਂਦਾ ਸੀ, ਕੁੱਤਕਾ ਮੋਢੇ ਬਣਾਉਣ ਲਈ ਲੱਕੜ ਦਾ। ਜੇ ਕਿਸੇ ਨੇ ਜ਼ਿਆਦਾ ਵੇਖਣਾ ਹੋਵੇ, ਪਹੁੰਟਾ ਸਾਹਿਬ ਦੀ ਧਰਤੀ 'ਤੇ ਬਾਬਾ ਕਿਰਪਾਲ ਦਾਸ ਮਹੰਤ ਬਾਬਾ ਸ਼੍ਰੀ ਚੰਦ ਜੀ ਦੇ ਅਖਾੜੇ ਵਿੱਚੋਂ ਉੱਥੇ ਪਿਆ, ਜਿਹੜਾ ਭਲਵਾਨੀ ਜਾਂਦੇ ਵਰਤਿਆ ਸੀ ਬਾਬਾ ਕਿਰਪਾਲ ਸਿੰਘ ਦਾਸ ਜੀ, ਉਹ ਜੀ ਨਹੀਂ ਪਿਆ। ਉਹ ਸਾਨੂੰ ਛੇਵੇਂ ਪਾਤਸ਼ਾਹ ਜੀ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਸਾਨੂੰ ਇੱਕ ਫਿਜ਼ੀਕਲ ਸਿਸਟਮ ਵੀ ਨਾਲ ਦਿੱਤਾ, ਉਹ ਲਿਆਂਦੇ ਗਏ। ਇਹ ਉਹਦਾ ਇੱਕ ਰੂਪ ਹੈ ਜਿਹਦੇ ਤੂੰ ਗੁੱਤਕੇ ਤੂੰ ਗੱਤਕਾ ਬਤਾਇਆ। ਹੁਣ ਗੱਤਕਾ ਤੁਹਾਡੇ ਸਾਹਮਣੇ ਲਿਆ ਲੱਗਾ ਦਾਸ ਗੱਤਕਾ ਦੀ। ਸਾਧ ਸੰਗਤ ਜੀ, ਇਹ ਹੈ ਗੱਤਕਾ, ਚਕਾਰਾ ਛੱਡ ਜਾ। ਕਈਆਂ ਦੇ ਮਨ ਦੇ ਵਿੱਚ ਵਹਿਮ ਇਹ ਹੁੰਦਾ ਕਿ ਆਹ ਜਿਹੜਾ ਸਾਰਾ ਖੇਡਿਆ ਗਿਆ ਗੱਤਕਾ, ਗੱਤਕਾ ਇਹਨੂੰ ਕਿਹਾ ਜਾਂਦਾ, ਦਰਅਸਲ ਇਹ ਡੁਪਲੀਕੇਟ ਹੈ। ਮੈਂ ਪਹਿਲੇ ਦੱਸ ਦਿੱਤਾ, ਗੱਤਕਾ 2 ਮੀਟਰ ਦੀ ਸੋਟੀ ਹੈ ਜਿਹਦਾ ਮੁੱਠਾ 5 ਕਿਲੋ ਦਾ। ਕਿੰਨੇ ਬਲਵਾਨ ਸੀ ਸਾਡੇ ਸਿੰਘ, 5 ਕਿਲੋ ਦਾ ਮੁੱਠਾ ਜਾਂ 100 ਗ੍ਰਾਮ ਦਾ ਸਾਡੇ ਕੋਲ ਇਹ ਕਰਦਾ ਸਾਹ ਚੜ ਜਾਂਦਾ ਕਿ ਕਿੱਡੇ ਬਲਵਾਨ। ਇਹਨੂੰ ਕਿਹਾ ਜਾਂਦਾ ਸਾਧ ਸੰਗਤ ਜੀ ਗੱਤਕਾ ਸੋਟੀ। ਇਹ ਕਿਰਪਾਨ ਦਾ ਹੀ ਇੱਕ ਰੂਪ ਹੈ, ਕਿਰਪਾਨ ਦੀ ਸਿਖਲਾਈ ਇਹਦੇ ਤੋਂ ਸ਼ੁਰੂ ਹੁੰਦੀ ਹੈ। ਇਹਨੂੰ ਕਿਹਾ ਜਾਂਦਾ ਗੱਤਕਾ, 6ਵੇਂ ਪਾਤਸ਼ਾਹ ਮਹਾਰਾਜ ਜੀ ਦੀ ਇਹ ਦੇਣ ਹੈ ਸਿੱਖ ਕੌਮ ਨੂੰ। ਅਗਲਾ ਸਾਧ ਸੰਗਤ ਜੀ, ਇਹ ਤਲਵਾਰ ਹੈ, ਕਿਰਪਾਨ ਨਹੀਂ ਹੈਗੀ। ਕੋਈ ਕਹੋ ਕਿਰਪਾਨ ਹੈ, ਇਹ ਤਲਵਾਰ ਹੈ। ਕਦੀ ਮੇਰੇ ਵੀਰ ਨੌਜਵਾਨ ਬੱਚੇ ਅੱਜ ਦੁਕਾਨ ਦਾ ਕੌਮ ਦਾ ਪ੍ਰਚਾਰ ਕੀ ਅਧੂਰੇ, ਉਹਨਾਂ ਕੋਲ ਕੋਈ ਗਿਆਨ ਨਹੀਂ, ਉਹ ਵੀ ਮੌਕਾ ਪ੍ਰਸਤੀ ਵੇਖਦੇ ਨੇ, ਇੱਥੇ ਕਿਵੇਂ ਦੇ ਬੰਦੇ ਨੇ ਉਹ ਇਹਦਾ ਕੰਮ ਚੱਕ ਜਾਂਦੇ ਨੇ। ਕਦੀ ਪੜ੍ਹਿਓ ਬਾਣੀ 10ਵੇਂ ਪਾਤਸ਼ਾਹ ਜੀ ਦੀ, ਸ਼ਸਤਰ ਨਾਮ ਮਾਲਾ, 420 ਪ੍ਰਕਾਰ ਦੇ ਸ਼ਸਤਰਾਂ ਦਾ ਵਿਗਿਆਨ ਆਇਆ ਹੋਇਆ। ਸਾਧ ਸੰਗਤ ਜੀ ਨੂੰ ਕਿਹਾ ਜਾਂਦਾ ਤਲਵਾਰ, ਇਹ ਕੀ ਹੈ ਜੀ, ਪਕਾਰਾ ਛੱਡ ਦਿਓ। ਸ੍ਰੀ ਅਕਾਲ। ਸਾਧ ਸੰਗਤ ਜੀ, ਇਹ 6ਵੇਂ ਪਾਤਸ਼ਾਹ ਜੀ ਦੀ ਦੇਣ ਹੈ ਸਿੱਖ ਕੌਮ ਨੂੰ। ਇਹਨੂੰ ਕਿਹਾ ਜਾਂਦਾ ਫਾੜੀਦਾਰ ਗੁਰਜ, ਇਹ ਤਕਰੀਬਨ 40 ਕਿਲੋ ਦਾ ਕੰਡਿਆ ਗੋਲਾ, ਭਾਵ ਕੰਡਿਆ ਵਾਲਾ। ਇਹ ਸਾਧ ਸੰਗਤ ਜੀ ਕੱਲ੍ਹ ਸਾਡੇ ਆਸਰੇ ਦੇ ਇੱਥੇ ਵੱਜ ਗਿਆ ਅਤੇ ਐਂਬੂਲੈਂਸ ਚੁੱਕ ਕੇ ਲੈ ਗਏ, ਅਤੇ 6ਵੇਂ ਪਾਤਸ਼ਾਹ ਜਿੱਤੇ ਇਹਦੇ ਬਾਹਰ ਦੇ ਹੋਣਗੇ ਕੀ ਭਾਅ ਵਿਕਦੀ ਹੋਈ। ਸੋ ਇਹਦਾ ਜਿਹੜਾ ਵਾਰ ਹੈ ਨਾ, ਇਹਦੇ ਵਾਰ ਕਾਟ ਦੇ ਟੇਕੀ ਅੱਜ ਦਰਬਾਰ ਲਿਆਓ ਜੀ, ਮੀਂਹ ਪੈਂਦਾ ਗੱਡੀ ਵਾਲੀ ਵੀ ਇਹਦੇ ਸਾਥ ਸਾਥ ਜੀ ਚੀਰੇ ਦੇ ਵਾਰ ਹੁੰਦੇ ਨੇ, ਇਹ ਤੁਹਾਨੂੰ ਨਹੀਂ ਸਮਝ ਆਉਣੀ, ਖਿਡਾਰੀ ਨੇ ਉਹਨਾਂ ਨੂੰ ਪਤਾ ਪੇਟੀ ਦੇ ਵਾਰ ਹੁੰਦੇ ਨੇ।